ਗੱਪ ਗੁਪਤੰਗਾ ਦੇ ਉਤੇ ਗੁਮ ਗੁਪਤੰਗਾ ਦੇ ਨਾਲ ਵੀ ਇਹਨਾਂ ਨੇ ਛੇੜਖਾਂਡੀ ਕੀਤੀ ਹੈ ਮੁੰਡੇ ਜਿਹੜੇ ਉੱਥੇ ਗੁੰਡੇ ਸੀਗੇ ਇਹਨੇ ਬੁਲਾਏ ਹੋਏ ਹੁਣ ਮੈਂ ਸਖਪਾਲ ਖੈਰਾ ਜੀ ਨੂੰ ਇਹ ਪੁੱਛਣਾ ਚਾਹਨੀ ਹੈ ਕਿ ਜਿਹੜਾ ਸਾਡਾ ਖਸਰਿਆਂ ਦਾ ਪੈਸਾ ਹੈ 50 ਲੱਖ ਰੁਪਏ ਮਿੱਠੂ ਦੇ ਕਬਜ਼ੇ ਦੇ ਵਿੱਚ ਕਿਹਾ ਤੁਸੀਂ ਉਹ ਉਹ ਪੈਸੇ ਦੇ ਨਾਲ ਇਲੈਕਸ਼ਨਸ ਲੜਨਾ ਚਾਹੁੰਦੇ ਹੋ ਇਹ ਉਹਨੇ ਤੋਂ ਖਾੜੀ ਨਾਲ ਮੇਰੇ ਨਾਲ ਮੈਨੂੰ ਆਪਣੇ ਪਰੋਸੇ ਚ ਲੈ ਕੇ ਮੈਰਿਜ ਕਰਵਾਈ ਔਰ ਮੈਰਿਜ ਕਰਨ ਤੋਂ ਬਾਅਦ ਮੇਰੇ ਤੋਂ 50 ਲੱਖ ਰੁਪਏ ਲੁੱਟੇ ਆ ਕਿਉਂ ਉੱਥੇ ਗਏ ਤੇ ਕਿਉਂ ਇਦਾਂ ਦਾ ਜਿਹੜਾ ਹੈਗਾ ਮਾਹੌਲ ਉੱਥੇ ਬਣਿਆ ਸਿਮਰਨ ਜੀ ਆ ਪ੍ਰੋਗਰਾਮ ਚੱਲ ਰਿਹਾ ਸੀ ਕਾਂਗਰਸ ਦਾ ਸੁਖਪਾਲ ਖੈਰਾ ਦਾ ਤੁਸੀਂ ਉੱਥੇ ਪਹੁੰਚੇ ਤਾਂ ਤੁਹਾਡੇ ਪਹੁੰਚਣ ਦਾ ਪਹਿਲਾ ਕਾਰਨ ਕੀ ਸੀ ਮੇਰਾ ਪਹੁੰਚਣ ਦਾ ਦੇਖੋ ਜੀ ਉੱਥੇ ਮੇਨ ਕਾਰਨ ਇਹ ਹੀ ਸੀ ਕਿ ਜਿਹੜੇ ਸੁਖਪਾਲ ਖੈਰਾ ਜੀ ਇਹਨੂੰ ਰਿਪਰੈਜ਼ੈਂਟ ਕਰ ਰਹੇ ਨੇ ਅੱਗੇ ਇਹਨੂੰ ਪ੍ਰਮੋਟ ਕਰ ਰਹੇ ਨੇ ਅਸੀਂ ਪਹਿਲਾਂ ਵੀ ਇਹਨਾਂ ਦੇ ਦਫ਼ਤਰ 'ਚ ਫੋਨ ਕੀਤੇ ਨੇ ਮੈਂ ਖੈਰਾ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਟਿਆਲੇ ਤੋਂ ਕਿ ਇਹਨਾਂ ਨਾਲ ਗੱਲ ਕੀਤੀ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਦੇ ਬੰਦੇ ਨੂੰ ਪ੍ਰਮੋਟ ਕਰ ਰਹੇ ਹੋ ਕਿਹਨੂੰ ਪ੍ਰਮੋਟ ਕਰ ਰਹੇ ਨੇ ਮਿੱ ਔਰ ਇਹਨਾਂ ਨੂੰ ਇਹ ਵੀ ਪਤਾ ਹੈ ਕਿ 2 ਸਾਲ ਪਹਿਲਾਂ 3 ਸਾਲ ਪਹਿਲਾਂ Oppo ਕੀ ਪਿੰਡ ਦੇ ਵਿੱਚ ਵੀ ਅਸੀਂ ਇਹਦਾ ਵਿਰੋਧ ਕੀਤਾ ਸੀਗਾ ਉੱਥੇ ਵੀ ਇਲੈਕਸ਼ਨ ਇਹ ਐਮਐਲਏ ਇਲੈਕਸ਼ਨ ਦੇ ਲਈ ਉੱਥੇ ਗਿਆ ਸੀ ਤੇ ਉੱਥੇ ਵੀ ਅਸੀਂ ਇਹਦਾ ਵਿਰੋਧ ਕੀਤਾ ਸੀ ਹੁਣ ਇਹ ਜੇਲ੍ਹ ਜਾ ਕੇ ਆਏ ਦੋਤੇ ਪਰਚਾ ਦਰਜ ਹੈ ਔਰ BOI ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ ਜਿਹੜੀ ਇਹਨੇ ਮੇਰੇ ਨਾਲ ਲੁੱਟ ਘੁਟ ਕੀਤੀ ਹੈ ਮਿੱਠੂ ਨੇ ਹੁਣ ਮੈਂ ਸੁਖਪਾਲ ਖੈਰਾ ਜੀ ਨੂੰ ਇਹ ਪੁੱਛਣਾ ਚਾਹੁੰਦੀ ਕਿ ਜਿਹੜਾ ਸਾਡਾ ਖੁਸਰਿਆਂ ਦਾ ਪੈਸਾ ਹੈ 50 ਲੱਖ ਰੁਪਏ ਮਿੱਠੂ ਦੇ ਕਬਜ਼ੇ ਦੇ ਵਿੱਚ ਕਿਹਾ ਤੁਸੀਂ ਉਹ ਉਹ ਪੈਸੇ ਦੇ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਸੀ ਮਿੱਠੂ ਲੱਡੇ ਦਾ ਵਿਰੋਧ ਕਰ ਰਹੀ ਸੀ ਉਹ ਰਿਲੇਸ਼ਨ ਕੀ ਆ ਕਿ ਉਹਨਾਂ ਦਾ ਵਿਰੋਧ ਕਰ ਰਹੀ ਸੀ ਤੁਹਾਡੇ ਨਾਲ ਆ ਦੇਖੋ ਰਿਲੇਸ਼ਨ ਇਹ ਉਹਨੇ ਧੋਖਾ ਧੜੀ ਨਾਲ ਮੇਰੇ ਨਾਲ ਮੈਨੂੰ ਆਪਣੇ ਭਰੋਸੇ 'ਚ ਲੈ ਕੇ ਮੈਰਿਜ ਕਰਵਾਈ ਔਰ ਮੈਰਿਜ ਕਰਨ ਤੋਂ ਬਾਅਦ ਮੇਰੇ ਤੋਂ 50 ਲੱਖ ਰੁਪਏ ਲੁੱਟੇ ਆ ਠੀਕ ਹੈ 50 ਲੱਖ ਰੁਪਏ ਲੁੱਟਣ ਤੋਂ ਬਾਅਦ ਆ ਦੇਖੋ ਸਾਰੀ ਫੋਟੋਸ ਦੇਖੋ ਇੰਨੀਆਂ ਸਾਰੀਆਂ ਫੋਟੋਆਂ ਤੁਸੀਂ ਇਹ ਤੁਹਾਡੀਆਂ ਮਿੱਠੂ ਲੱਡੇ ਦੇ ਨਾਲ ਤੁਸੀਂ ਸਾਰੀਆਂ ਸੰਭਾਲੀਆਂ। ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਉਸ ਤੋਂ ਫੋਟੋਜ਼ ਜਿਹੜੀਆਂ ਹੈਗੀਆਂ ਨੇ ਇਹ ਤੁਹਾਨੂੰ ਮੈਂ ਦਿਖਾਉਣਾ ਚਾਹਨੀ ਆ। ਇਹ ਦੇਖੋ ਇਹਨੇ ਵਿਆਹ ਕਰਵਾ ਕੇ ਨਾਲੇ ਦੇ ਨਾਲ ਇੱਕ ਦੋ ਹੋਰ ਹੋਰ ਬੰਦੇ ਰਲੇ ਹੋਏ ਸੀਗੇ। ਠੀਕ ਹੈ ਦੇ ਫਰੈਂਡਸ ਔਰ ਇਹ ਬਹੁਤ ਸਾਰੀਆਂ ਫੋਟੋਜ਼ ਜੋ ਕਿ ਅਸੀਂ ਪੂਰੀ ਐਲਬਮ ਆਪਣਾ ਪੁਲਿਸ ਦੇ ਕਬਜ਼ੇ 'ਚ ਵੀ ਦਿੱਤੀ ਹੋਈ ਹੈ ਔਰ ਇਹਨੇ 50 ਲੱਖ ਰੁਪਏ ਦੀ ਠੱਗੀ ਮੇਰੇ ਨਾਲ ਲਾਈ ਹੈ। ਔਰ ਇਹ ਲੋਕਾਂ ਦੇ ਦਿਨਾਂ ਦੇ ਉਤੇ ਲੋਕਾਂ ਦੇ ਦਿਮਾਗ ਨੂੰ ਗਮਰਾਹ ਕਰ ਰਿਹਾ ਹੈ ਪਿੰਡ ਦੇ ਵਿੱਚ ਲੱਡੇ ਦੇ ਵਿੱਚ ਜਾ ਕੇ ਮਿੱਠੂ ਲੱਡਾ ਔਰ ਨਾਲੇ ਸੁਕਪਾਲ ਖਹਿਰਾ ਜੀ ਨੂੰ ਵੀ ਗਮਰਾਹ ਕਰ ਰਹੇ ਆ ਮੈਂ ਸੁਕਪਾਲ ਖਹਿਰਾ ਜੀ ਨੂੰ ਇਹੀ ਕਹਿਣਾ ਚਾਹੁੰਦੀ ਆ ਜਾਂ ਸੈਂਟਰ ਗਵਰਨਮੈਂਟ ਤੱਕ ਵੀ ਮੈਂ ਕਾਂਗਰਸ ਗਵਰਨਮੈਂਟ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇਸ ਤਰ੍ਹਾਂ ਦੇ ਘਟੀਆਂ ਲੀਡਰਾਂ ਨੇ ਤੁਹਾਨੂੰ ਕੀ ਲੋੜ ਪੈ ਗਈ ਕੀ ਸਮਾਜ ਦੇ ਵਿੱਚ ਹੋਰ ਅੱਛੇ ਲੋਕ ਨਹੀਂ ਹੈ ਸਿਮਰਨ ਜੀ ਤੁਸੀਂ ਗਏ ਸੀ ਉੱਥੇ ਤੁਹਾਡੇ ਮਤਲਬ ਸ਼ਿਕਾਇਤ ਲੈ ਕੇ ਗਏ ਸੀ ਤੁਸੀਂ ਆਪਣੇ ਖੈਰਾ ਸਾਹਿਬ ਦੇ ਕੋਲ ਮੈਂ ਆਪਣਾ ਖੈਰਾ ਸਾਹਿਬ ਨੂੰ ਇੱਕ ਸ਼ਿਕਾਇਤ ਵੀ ਲੈ ਕੇ ਗਈ ਸੀ ਔਰ ਮੈਂ ਪਿੰਡ ਦੇ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੀ ਸੀ ਕਿ ਵੀ ਆਹ ਦੇਖੋ ਇਹਦੀ ਮਿੱਠੂ ਲੱਡੇ ਦੀ ਕਰਤੋਤ ਦੇਖੋ ਕਿਸ ਤਰ੍ਹਾਂ ਨੇ ਪੈਸੇ ਖਾ ਕੇ ਮੇਰੇ ਕੋਲੋ ਅੱਛਾ ਮੇਰੇ ਡਿਊਰਿੰਗ ਮੇਰੇ ਤੋਂ ਬਾਅਦ ਦੋ ਕੁੜੀਆਂ ਦੀ ਜ਼ਿੰਦਗੀ ਹੋਰ ਖਰਾਬ ਕਰ ਬੈਠਾ ਇਹਨਾਂ ਦੀ ਪੂਰੀ ਫੈਮਿਲੀ ਦਾ ਇਹੀ ਕੰਮ ਹੈ ਔਰ ਜਿਹੜੀ ਇੱਕ ਹੋਰ ਇਹਨਾਂ ਦੇ ਬ੍ਰਦਰ ਦੀ ਇੱਕ ਵਾਈਫ ਸੀ ਉਹਨੂੰ ਵੀ ਇਹਨਾਂ ਨੇ ਅ ਵਿਚਾਰੀ ਨੂੰ ਪਹਿਲਾਂ ਵਿਆਹ ਕੇ ਉਹਨਾਂ ਦੇ ਘਰੇ ਇਹਦਾ ਬ੍ਰਦਰ ਘਰ ਜਵਾਈ ਰਹਿਣ ਲੱਗ ਗਿਆ ਸੀਗਾ ਉਹਨਾਂ ਨੇ ਵੀ ਕੰਪਲੀਟ ਕੀਤੀ ਉਹਨਾਂ ਨੇ ਵੀ ਕੋਰਚਪਾ ਉਹਨੂੰ ਵੀ ਕੁੜੀ ਨੂੰ ਇਹਨਾਂ ਨੇ ਛੱਡਤਾ ਠੀਕ ਹੈ ਇਹ ਸਾਰਿਆਂ ਨਾਲ ਜਿਹਦੇ ਨਾਲ ਦੇਖਦਾ ਉਹਦੇ ਨਾਲ ਇਹ ਧੱਕਾ ਕਰਦਾ ਹੈ ਅੱਜ ਕੱਲ ਮੈਂ ਅੱਗੇ ਵੀ ਆਪਣੀ ਇੰਟਰਵਿਊਜ਼ ਦੇ ਵਿੱਚ ਦੱਸਿਆ ਸੀ ਵੀ ਕਿਸੇ ਵੀ ਕੁੜੀ ਨੂੰ ਕਿਸੇ ਵੀ ਲੋਕਾਂ ਨੂੰ ਇਹਦੇ ਨਾਲ ਜੁੜਨ ਦੀ ਕੋਈ ਲੋੜ ਨਹੀਂ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਪ੍ਰਮੋਟ ਕਰਨ ਦੀ ਕੋਈ ਲੋੜ ਨਹੀਂ ਹੈ ਜਿਹੜਾ ਖਸ ਰਹਿੰਦਾ ਪੈਸਾ ਖਾਦਾ ਹੈ ਨਹੀਂ ਸਿਮਰਨ ਜੀ ਤੁਸੀਂ ਪ੍ਰੋਗਰਾਮ 'ਚ ਜਾਣਦੇ ਹੋ ਜੋ ਵੀਡੀਓ ਸਾਹਮਣੇ ਆ ਰਹੀਆਂ ਨੇ ਤਾਂ ਤੁਸੀਂ ਸਟੇਜ ਦੇ ਕੋਲੇ ਪਹੁੰਚਦੇ ਹੋ ਉੱਥੇ ਇਹ じゃ ਕੀ ਹੁੰਦਾ ਹੈ ਜਾਂ ਕੀ ਤੁਹਾਡੇ ਵੱਲੋਂ ਕੀਤਾ ਜਾਂਦਾ ਕਿ ਮਾਹੌਲ ਇੱਕਦਮ ਗਰਮ ਹੋ ਜਾਂਦਾ ਹੈ ਮੈਂ ਖੈਰਾ ਸਾਹਿਬ ਨੂੰ ਦੋਰੋ ਇਹ ਹੀ ਦੱਸਣਾ ਚਾਹ ਰਹੀ ਸੀ ਜਦੋਂ ਵੀ ਸਰ ਮੈਂ ਤੁਹਾਨੂੰ ਕੋਈ ਗਾਲੀ ਕਰਨੀ ਜਦੋਂ ਉਹ ਸੁਣਨ ਨੂੰ ਤਿਆਰ ਨਹੀਂ ਸੀ ਉਹਨਾਂ ਨੇ ਆਪਣਾ ਭਾਸ਼ਣ ਚੱਲੂ ਰੱਖਿਆ ਫਿਰ ਅਸੀਂ ਤਾੜੀਆਂ ਤੋੜੀਆਂ ਮਾਰਨੀ ਹੈ ਸਟਾਰਟ ਕਰਤੀਆਂ ਮੇਰੇ ਚੇਲਿਆਂ ਨੇ ਅਸੀਂ ਜਦੋਂ ਉਹ ਫਿਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਚਲ ਆਓ ਤੁਸੀਂ ਆਪਣਾ ਪੱਖ ਦੱਸੋ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਦੋਂ ਮੈਂ ਮਾਈਕ ਦੇ ਵਿੱਚ ਬੋਲਣ ਲੱਗੀ ਤਾਂ ਮਿੱਠੂ ਲੱਡੇ ਨੇ ਮੇਰੇ ਹੱਥੋਂ ਮਾਈਕ ਖੋਲੇ ਤੇ ਉਸ ਸਾਰਿਆਂ ਨੇ ਵੀਡੀਓ ਦੇਖ ਕੇ ਵੀਡੀਓ ਵਾਇਰਲ ਵੀ ਹੋਈ ਹੈ ਜਿਹੜਾ ਮੇਠੋ ਲੱਡਾ ਉਹਨੇ ਮਾਈਕ ਕੋਲ ਐਨੇ ਨੂੰ ਜਿਹੜੇ ਉਹਨੇ ਗੁੰਡੇ ਬੁਲਾਏ ਹੋਏ ਸੀ ਉਹਨੇ ਸਾਡੇ ਉੱਤੇ ਉੱਤੇ ਜਾਣਲੇਵਾ ਹਮਲਾ ਕਰਵਾਤਾ। ਔਰ ਮੇਰੇ ਚੇਲਿਆਂ ਦੇ ਉੱਤੇ ਇਹਨਾਂ ਨੇ ਗੁਪਤੰਗਾ ਦੇ ਉੱਤੇ ਗੁਪਤੰਗਾ ਦੇ ਨਾਲ ਵੀ ਇਹਨਾਂ ਨੇ ਛੇੜਖਾਨੀ ਕੀਤੀ ਹੈ ਮੁੰਡੇ ਜਿਹੜੇ ਉੱਥੇ ਗੁੰਡੇ ਸੀਗੇ ਇਹਨੇ ਬੁਲਾਏ ਹੋਏ ਉਹਨਾਂ ਨਾਲ ਵੀ ਇਹਨਾਂ ਨੇ ਛੇੜਖਾਨੀ ਕੀਤੀ ਔਰ ਕੁਝ ਲੇਡੀਜ਼ ਵੀ ਇਸ ਤਰ੍ਹਾਂ ਦੇ ਬੁਲਾ ਰੱਖੀਆਂ ਸੀ ਜਿਨ੍ਹਾਂ ਨੇ ਇੱਥੇ ਆ ਕੇ ਮੇਰੇ ਚੇਲਿਆਂ ਨਾਲ ਬਹੁਤ ਹੌਲੜ ਬਾਜੀ ਕੀਤੀ। ਤਾਂ ਵੀਡੀਓ ਦੇ ਵਿੱਚ ਦੇਖ ਰਿਆਂ ਜਦੋਂ ਤੁਸੀਂ ਸਟੇਜ ਤੋਂ ਜਾਂਦੇ ਹੋ ਤਾਂ ਕਾਫੀ ਜ਼ਿਆਦੇ ਲੋਕ ਇੱਕਦਮ ਤੁਹਾਡੇ ਤੇ ਹਮਲਾ ਕਰ ਦਿੰਦੇ ਨੇ ਮਾਰਕੁੱਟ ਵੀ ਹੁੰਦੀ ਆ ਲੰਬਾ ਸਮਾਂ ਤੱਕ ਤੁਹਾਡੇ ਪਿੱਛੇ ਕਾਫੀ ਜਿਹੜੇ ਲੋਕ ਨੇ ਪਏ ਰਹਿੰਦੇ ਨੇ ਤਾਂ ਉਹ ਮਾਹੌਲ ਕਿਵੇਂ ਦਾ ਬਣਿਆ ਫਿਰ ਉਹ ਤੇ ਮੈਂ ਉੱਥੇ ਇਹ ਪੁੱਛਣਾ ਚਾਹਨੀ ਹਾਂ ਸੁਖਪਾਲ ਖਹਿਰਾ ਜਿੰਨੇ ਤੁਸੀਂ ਇੱਕ ਅੱਛੇ ਲੀਡਰ ਬਣਨਾ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਦਿਲਾਂ ਦੀ ਧੜਕਣ ਬਣਨਾ ਚਾਹੁੰਦੇ ਹੋ ਲੋਕਾਂ ਦੇ ਦਿਲਾਂ 'ਚ ਰਾਜ ਕਰਨਾ ਚਾਹੁੰਦੇ ਹੋ ਕਿ ਆ ਤੁਹਾਡੇ ਇਹੀ ਇਹੀ ਐਟੀਕੀਟਸ ਨੇ ਤੁਹਾਡੇ ਮੈਂ ਹੀ ਸਕਪਾਲ ਖੈਰਾ ਜੀ ਨੂੰ ਕਹੂੰਗੀ ਕਿਉਂਕਿ ਉਹੀ ਰਿਸਪੌਂਸੀਬਲ ਸੀਗੇ ਚਲੋ ਜਿਵੇਂ ਮਿੱਠੂ ਦੇ ਨਾਲ ਮੈਂ ਆ ਗਈ ਪ੍ਰੋਟੈਸਟ ਕਰਨ ਲਈ ਉਹ ਮੇਰਾ ਇੱਕ ਰਾਈਟ ਹੈ ਪ੍ਰੋਟੈਸਟ ਕਰਨਾ ਉਹਨਾਂ ਦਾ ਰਾਈਟ ਨਹੀਂ ਸੀ ਕਿ ਮੈਨੂੰ ਸੁਣਾਇਆ ਜਾਵੇ ਮੈਨੂੰ ਕਿਉਂ ਨਹੀਂ ਸੁਣਿਆ ਗਿਆ ਇਹਨਾਂ ਨੇ ਕਿਉਂ ਮੇਰੇ ਉੱਤੇ ਹਮਲਾ ਕਰਵਾਇਆ ਜਾਣ ਲੇਵਾ ਖੈਰਾ ਸਾਹਿਬ ਨੂੰ ਮੈਂ ਕਹਿ ਰਹੀ ਐ ਨਾ ਨੇ ਮੇਰੇ ਉੱਤੇ ਜਾਨਲੇਵਾ ਹਮਲਾ ਕਿ ਪਹਿਲੇ ਸਾਰਾ ਟਾਣਾ ਬਾਣਾ ਬੁਣੀ ਬੈਠੀ ਸੀਗੇ ਜਦੋਂ ਹਮਲਾ ਹੋਇਆ ਉਦੋਂ ਤੁਸੀਂ ਗੁਹਾ ਨਹੀਂ ਲਗੇ ਖੈਰਾ ਸਾਹਿਬ ਨੂੰ ਕਿ ਇਹ ਇਹ ਚੀਜ਼ ਨੂੰ ਰੋਕੋ ਅਸੀਂ ਕਿਹਾ ਮੇਰੇ ਚੇਲਿਆਂ ਨੇ ਕਿਹਾ ਉੱਥੇ ਸਾਰਾ ਰੋਲਾ ਪਿਆ ਬੀ ਸੀਜ਼ ਨੂੰ ਰੋਕਿਆ ਜਾਵੇ ਉ ਸੋ ਮੈਂ ਹੁਣ ਪੰਜਾਬ ਸਰਕਾਰ ਅੱਗੇ ਬੇਨਤੀ ਕਰਨਾ ਚਾਹਨੀ ਹੈ ਕਿ ਸਾਡੀਆਂ ਬਲੇਸਿੰਗਸ ਤੁਹਾਡੇ ਨਾਲ ਹੈ ਇਸ ਤਰ੍ਹਾਂ ਦੇ ਘਟਿਆ ਲੋਕਾਂ ਨਾਲ ਬਲੇਸਿੰਗਸ ਨਹੀਂ ਹੈ ਜਿਨ੍ਹਾਂ ਨੇ ਕਿਨਰਾਂ ਦੇ ਉੱਤੇ ਅੱਜ ਹੱਥ ਆਪਣੀ ਇੱਕ ਵੋਟਾਂ ਦੇ ਲਾਲਚ ਪਿੱਛੇ ਸਾਡੇ ਮੇਰੇ ਚੇਲਿਆਂ ਦੇ ਉੱਤੇ ਹੱਥੋਂ ਪਾਈ ਕੀਤੀ ਹੈ ਇਹ ਬਹੁਤ ਸਾਰਾ ਸਾਰ ਗਲਤ ਗੱਲ ਹੈ ਕਿ ਦੇ ਪਿੱਛੇ ਇੱਕ ਸਿਰਫ ਵੋਟ ਦੇ ਲਾਲਚ ਪਿੱਛੇ ਸਿਮਰਨ ਜੀ ਇੱਕ ਸੋ ਇਸ ਤਰ੍ਹਾਂ ਮੈਂ ਵੀ ਕਹਿਣਾ ਚਾਹਨੀ ਹੈ ਇਸ ਤਰ੍ਹਾਂ ਦੀ ਘਟਿਆ ਵੋਟਾਂ ਤੁਸੀਂ ਲੈ ਕੇ ਲੋਕਾਂ ਦੇ ਨਾਲ ਝੋਟਪੂ ਤੂਫਾਨ ਤੁਸੀਂ ਕਰਕੇ ਕਦੇ ਤੁਸੀਂ ਸக்ஸੈਸ ਨਹੀਂ ਹੋ ਸਕੋਗੇ ਕਦੇ ਸக்ஸੈਸ ਨਹੀਂ ਹੋ ਸਕੋਗੇ ਨਾ ਮਿੱਠੂ ਕਦੇ ਸக்ஸੈਸ ਹੋ ਸਕਦਾ ਨਾ ਕਦੇ ਸਖ ਹੋਣਗੇ ਜਿਹੜੇ ਇਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੋਰ ਉਹਨਾਂ ਦੇ ਵੱਲੋਂ ਸਵਾਲ ਉਠਾਇਆ ਜਾ ਰਿਹਾ ਵੀ ਤੁਸੀਂ ਵਿਰੋਧ ਕਰਨਾ ਸੀ ਮਿੱਠੂ ਲੱਡੇ ਦਾ ਪਰ ਉੱਥੇ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਲੱਗਦਾ ਵੀ ਕਿਤਨਾ ਕਿਤੇ ਉਹ ਸਹੀ ਸੀ ਜਾਂ ਗਲਤ ਕਿਉਂਕਿ ਕਾਨੂੰਨੀ ਕਾਰਵਾਈ ਤੁਹਾਡੇ ਵੱਲੋਂ ਪਹਿਲੇ ਕੀਤੀ ਜਾ ਚੁੱਕੀ ਹੈ ਇਹ ਤਾਂ ਫਾਮ ਦੇ ਚੱਲ ਰਹੀ ਹੈ ਪਹਿਲੇ ਕਾਨੂੰਨੀ ਕਾਰਵਾਈ ਹਜੇ ਮੇਰੀ ਪੈਂਡਿੰਗ ਹੈ ਕੋਈ ਉਹਦੇ ਵਿੱਚ ਕੋਈ ਪੋਰਾ ਨਹੀਂ ਹੋ ਗਿਆ ਮੇਰਾ ਪ੍ਰਸੀਡਿੰਗਸ ਹਜੇ ਮੇਰੀ ਸਾਰੀਆਂ ਅੰਡਰ ਪ੍ਰੋਸੈਸ ਨੇ ਔਰ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਜਦੋਂ ਲੋਕਾਂ ਨੂੰ ਹੀ ਪਾਗਲ ਬਣਾ ਰਿਹਾ ਉਹ ਇੱਕ ਸਰਪੰਚ ਦੇ ਤੌਰ ਤੇ ਹੀ ਆਪਣੇ ਆਪ ਨੂੰ ਉਹ ਫਰਜੀ ਅ ਪ੍ਰਧਾਨ ਦੱਸਦਾ ਯੂਥ ਕਾਂਗਰਸ ਦਾ ਉਹ ਵੀ ਕੋਈ ਹੋਰ ਹੈਗਾ ਮੈਨੂੰ ਤਾਂ ਉਹਨੇ ਯੂਥ ਕਾਂਗਰਸ ਦਾ ਪ੍ਰਧਾਨ ਸੋਚ ਕੇ ਦੱਸ ਕੇ ਹੀ ਮੇਰੇ ਨਾਲ ਰਿਲੇਸ਼ਨ ਅੱਗੇ ਵਧਾਇਆ ਸੀ ਉਹ ਇੱਕ ਫਰਜ਼ੀ ਇਨਸਾਨ ਹੈ ਧੋਖੇਬਾਜ਼ ਇਨਸਾਨ ਹੈ ਘਟਿਆ ਇਨਸਾਨ ਹੈ ਘਟਿਆ ਸੋਚ ਦਾ ਮਾਲਕ ਹੈ ਤਿੰਨ ਚਾਰ ਕੁੜੀਆਂ ਨਾਲ ਹੋਰ ਵੀ ਇਹਨੇ ਪੈਸੇ ਨਾਲ ਫਰੋਡ ਕਰ ਦਿੱਤਾ ਉਹ ਕੁੜੀਆਂ ਦੀ ਵੀ ਸਟੇਟਮੈਂਟ ਮੈਨੇ BOI 'ਚ ਕਰਵਾਈ ਸੀ ਔਰ ਇਹ ਬੰਦ ਮੈਨੇ ਇਹ ਦੱਸੋ ਵੀ ਜਦੋਂ ਹੁਣ ਜਨਤਾ ਦੇ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਜਨਤਾ ਨੂੰ ਤਾਂ ਅਵੇਅਰ ਕਰਨਾ ਹੈ ਨਾ ਸਾਡਾ ਮੇਰਾ ਵੀ ਇਹ ਦੁੱਖ ਹੈ ਔਰ ਖਾਸ ਤੌਰ ਤੇ ਮੇਰਾ ਤਾਂ ਲੱਡੇ ਵਾਲੇ ਜਨਤਾ ਨੂੰ ਮੈਂ ਇਹੀ ਦੱਸਣਾ ਚਾਹਨੀ ਹੈ ਵੀ ਇਹਦੇ ਘਟਿਆ ਲੋਕਾਂ ਦਾ ਤੁਸੀਂ ਕਿਉਂ ਸਾਥ ਦੇ ਰਹੇ ਹੋ ਤੁਸੀਂ ਬਾਰ ਬਾਰ ਪੈਸਿਆਂ ਦਾ ਇਲਜ਼ਾਮ ਲਗਾ ਰਹੇ ਹੋ ਕਿ ਪੈਸੇ ਦਿੱਤੇ ਨਾ ਤਾਂ ਤੁਹਾਡੇ ਕੋਲ ਕੀ ਪ੍ਰੂਫ ਨਹੀਂ ਕਿ ਤੁਸੀਂ ਪੈਸੇ ਦਿੱਤੇ ਹੋਏ ਨੇ ਉਹਨਾਂ ਨੂੰ ਮੇਰੇ ਕੋਲ ਆ ਦੇਖੋ ਤੁਹਾਨੂੰ ਮੈਂ ਸਾਰਿਆਂ ਨੂੰ ਸ਼ਾਰਟਸ ਦੇ ਦੇਣੀਆਂ ਇਹ ਕੁਝ ਇਹ ट्रांजੈਕਸ਼ਨਸ ਨੇ ਲੱਖ ਰੁਪਏ ਦੀਆਂ ट्रांजੈਕਸ਼ਨਸ ਨੇ ਮਿੱਠੋ ਦੇ ਅਕਾਊਂਟ ਦੇ ਵਿੱਚ ਇੱਕ ਇੱਕ ਮਿੰਟ ਜੇਕਰ ਤੁਹਾਡੇ ਕੋਲ ਹੈਗਾ ਤਾਂ ਇਹਨੂੰ ਸਹੀ ਤਰੀਕੇ ਨਾਲ ਇਹ ਸਾਰੇ ਜਿਹੜੇ ਪੈਸੇ ਨੇ ਜਿਵੇਂ 1500 10000 ਇਹ ਦੇਖੋ ਇਹ ਲੈਂਦਾ ਰਹਿੰਦਾ ਸੀ ਮੈਂ ਦੱਸ ਦਿਆਂ ਇਹ 9000 ਇਹ ਇਹ ਸਾਰੇ ਤੁਹਾਡੇ ਵੱਲੋਂ ਪਾਏ ਗਏ ਨੇ ਉਹਨਾਂ ਨੂੰ ਹਾਂਜੀ ਹਾਂਜੀ ਆ ਦੇਖੋ 1 ਲੱਖ ਰੁਪਿਆ ਵੀ ਔਰ ਔਰ ਇੱਕ ਮੇਰਾ ਦੂਸਰਾ ਫੋਨ ਮੇਰਾ ਗਮ ਹੋ ਗਿਆ ਉਹਦੇ ਵਿੱਚ ਵੀ ਕਾਫੀ ट्रांजੈਕਸ਼ਨਸ ਨੇ ਔਰ ਇਸ ਤੋਂ ਇਲਾਵਾ ਮੈਂ 25 30 ਲੱਖ ਦੀ ਐਫਡੀ ਐਂਸ ਦੇ ਅਗੇਂਸਡ ਲੋਨ ਲੈ ਕੇ ਇਹਨੂੰ ਪੈਸੇ ਦਿੱਤੇ ਸੀ ਉਦੋਂ ਪੈਸੇ ਦੇਣ ਦਾ ਕਾਰਨ ਕੀ ਸੀ ਮਤਲਬ ਕੀ ਕਹਿ ਕੇ ਉਹਨਾਂ ਨੇ ਤੁਹਾਡੇ ਤੋਂ ਪੈਸੇ ਲਏ ਤੇ ਹੁਣ ਜਦੋਂ ਵਾਪਸ ਕਰਨ ਦੀ ਆ ਤਾਂ ਉਦੋਂ ਕੀ ਮਾਹੌਲ ਬਣਿਆ ਕੀ ਜਵਾਬ ਦਿੱਤਾ ਮੈਂ ਇਹਨੇ ਕਿਹਾ ਸੀ ਕਿ ਮੈਂ ਸਾਰੀ ਲਾਈਫ ਤੁਹਾਡੇ ਨਾਲ ਰਵਾਂਗਾ ਮੈਨੂੰ ਵੀ ਉਦੋਂ ਚਲੋ ਹਨੇਕ ਇਨਸਾਨ ਨੂੰ ਸਰ ਅੱਜਕੱਲ੍ਹ ਰਾਈਟ ਮਿਲ ਚੁੱਕੇ ਨੇ ਆਪਾਂ ਦੋ ਪਰਸਨ ਰਹਿ ਸਕਦੇ ਆ ਚਲੋ ਜਦੋਂ ਇਹ ਰਹੀ ਰਸੀ ਇਹ ਝੂਠ ਬੋਲ ਕੇ ਨੇ ਮੇਰਾ ਮੈਰਿਜ ਕਰਵਾਇਆ ਮੈਰਿਜ ਕਰਵਾ ਕੇ ਨੇ ਮੇਰੇ ਤੋਂ ਪੈਸਾ ਲੁੱਟਿਆ ਝੂਠ ਹੀ ਬੋਲੇ ਬਿਮੈਟਰਨal ساری ਜ਼ਿੰਦਗੀ ਰਹੂੰਗਾ ਮੈਰिज ਕਰਵਾ ਕੇ 2-3 ਸਾਲ ਮੇਰੇ ਨਾਲ ਜਦੋਂ ਰਹਿੰਦਾ ਉਸ ਤੋਂ ਬਾਅਦ ਸਾਰੇ ਇਹ ਕਹਿੰਦਾ ਕਿ ਨਹੀਂ ਜੀ ਮੈਨੂੰ ਪਤਾ ਨਹੀਂ ਲੱਗਿਆ ਕਿ ਸਿਮਰਨ ਮਾਨਤਾ ਮੈਨੂੰ ਤਾਂ ਇਹ ਸੀ ਵੀ ਇਹ ਕੁੜੀ ਹੈ ਦੇਖੋ 3 ਸਾਲ ਤੋਂ ਬਾਅਦ ਜਿਹਦੀ ਇਹ ਸਾਰੀ ਇਨਵੈਸਟੀਗੇਸ਼ਨ BOI ਨੇ ਵੀ ਕੀਤੀ ਹੈ ਔਰ ਮੌਇਦੋ ਤੇ ਪਰਚਾ ਵੀ ਦਰਜ ਹੋਇਆ ਉਹਨੇ ਜੇਲ ਕਦੋਂ ਹੋਇਆ ਤੇ ਆਪਸ ਚ ਮਿਲੇ ਕਿਵੇਂ ਤੁਸੀਂ ਕਦੋਂ ਵਿਆਹ ਹੋਇਆ 2019 ਦੇ ਵਿੱਚ ਇਹ ਮੈਨੂੰ ਇੱਕ ਇਥੇ ਸੰਗਰੂਰ ਸਕੀਨਰ ਸਮੇਲਨ ਦੇ ਵਿੱਚ ਮਿਲਿਆ ਸੀ ਉੱਥੇ ਵਿਜਿੰਦਰ ਸਿੰਘਲਾ ਜੀ ਆਏ ਹੋਏ ਸੀਗੇ ਉਹ ਵੀ ਫੋਟੋ ਮੈਂ ਸਾਡੇ ਕੋਲ ਨੇ ਫਸ ਤੁਸੀਂ ਦੱਸੋ ਚਲੋ ਅੱਜ ਇਹ ਮੈਨੂੰ ਉੱਥੇ ਵਿਜੇਂਦਰ ਸਿੰਘ 라 ਜੀ ਦੇ ਪ੍ਰੋਗਰਾਮ ਚ ਮਿਲਿਆ ਸੀਗਾ 2019 ਦੇ ਵਿੱਚ ਠੀਕ ਹੈ ਔਰ 19 ਤੋਂ ਬਾਅਦ ਇਹ ਮੇਰੇ ਕੋਲ ਪਟਿਆਲੇ ਆਣ ਲੱਗ ਗਿਆ ਮਹੰਤਾ ਦਾ ਪ੍ਰੋਗਰਾਮ ਸੀ ਆ ਦੇਖੋ ਮਹੰਤ ਵੀ ਇਹਦੇ ਬਟਨਾਂ ਲਗਾ ਰਹੇ ਨੇ ਇਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਸੀ ਜਿਹੜਾ ਤੁਹਾਡਾ ਵਿਆਹ ਹੋਇਆ ਪੂਰਾ ਇਹ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ਹਾਂਜੀ ਹਾਂਜੀ ਇਹ ਕਿਨਰ ਸਮਾਜ ਦੇ ਜਿਹੜੇ ਸਾਡੇ ਲੋਕ ਨੇ ਸਭ ਉੱਥੇ ਮੌਜੂਦ ਸੀਗੇ ਇਹ ਝੂਠ ਕਹਿੰਦਾ ਕਿ ਮੈਨੂੰ ਪਤਾ ਨਹੀਂ ਸੀ ਔਰ ਇਹ ਬਹੁਤ ਫਰਜ਼ੀ ਇਨਸਾਨ ਹੈ ਬਸ ਇਹੀ ਮੇਰੇ ਦਿਲ 'ਚ ਦੁੱਖ ਸੀ ਆ ਦੇਖੋ ਜਹਾਜ਼ਾਂ ਦੇ ਵਿੱਚ ਜਦੋਂ ਘੁੰਮਦਾ ਸੀ ਹਰ ਜਗ੍ਹਾ ਹੀ ਮੇਰੇ ਨਾਲ ਜਾਂਦਾ ਸੀਗਾ ਟੂਰਾਂ ਦੇ ਉੱਪਰ ਵੀ ਘੁੰਮੇ ਹਾਂ ਸਾਰਾ ਕੁਝ ਹਾਂਜੀ ਹਾਂਜੀ ਕਿੰਨਾ ਸਮਾਂ ਤੁਸੀਂ ਇਕੱਠੇ ਰਹੋ ਸਿਮਰਨ ਜੀ ਅਸੀਂ 3 ਸਾਲ ਇਕੱਠੇ ਰਹੇ ਹਾਂ 3 ਸਾਲ ਤੋਂ ਬਾਅਦ ਜਦੋਂ ਮੇਰੇ ਤੇ ਇੱਕ ਪਟਿਆਲੇ ਵਾਲਾ ਡਿਸਪਿਊਟ ਮੇਰਾ ਜਦੋਂ ਮੇਰੇ ਕੋਲ ਪੈਸਾ ਆਣਾ ਜਾਣਾ ਬੰਦ ਹੋ ਗਿਆ ਤਾਂ ਇਹਦੀ ਜਿਹੜਾ ਤਾਂ ਲਾਲਚ ਜਿਹੜਾ ਵਧਿਆ ਹੋਇਆ ਸੀ ਉਹ ਫਿਰ ਇਹਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਮੇਰੇ ਹੱਥ ਪੱਲੇ ਕੁਝ ਪੈਣਾ ਨਹੀਂਗਾ ਇਹਨੇ ਆਪਣਾ ਮੇਰੇ ਕੋਲੋਂ ਪਿੱਛਾ ਛਡਵਾਣ ਦੀ ਕੋਸ਼ਿਸ਼ ਕੀਤੀ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਇਹ ਤਾਂ ਦੂਰ ਹੋਇਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਤੁਸੀਂ ਕੁੜੀ ਨਹੀਂ ਹੈਗੇ ਮਹੰਤੋਂ ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਦੂਜੇ ਪਾਸੇ ਤੁਸੀਂ ਕਹਿੰਦੇ ਤੁਹਾਡੀ ਮੁਲਾਕਾਤ thì ਮਹੰਤੋਂ ਦੇ ਪ੍ਰੋਗਰਾਮ ਚ ਹੋਈ ਆ ਮਿੱਠੂ ਦਾ ਇਹ ਐਕਸਕਿਊਜ਼ ਸੀ ਉਹ ਤਾਂ ਮੈਨੂੰ ਪਤਾ ਹੈ ਨਾ ਕਿ ਇਹਨੂੰ ਪੈਸੇ ਹੁਣ ਜ਼ਿਆਦਾ ਨਹੀਂ ਮਿਲ ਰਹੇ ਕਿਉਂਕਿ ਮੇਰਾ ਉੱਥੇ ਡਿਸਪਿਊਟ ਪੈ ਚੁੱਕਿਆ ਸੀਗਾ ਮੇਰੇ ਡੇਰੇ ਦੇ ਉੱਤੇ ਜੋ ਤੁਹਾਨੂੰ ਪਤਾ ਹੈ ਡੇਰੇ ਦਾ ਵੀ ਮੇਰਾ ਡਿਸਪਿ ਮੈਨੂੰ ਇਹ ਪਤਾ ਲੱਗਿਆ ਤਾਂ ਇਹਨੇ ਇਹ ਮੇਰੇ ਤੇ ਅਲੀਕੇਸ਼ਨ ਲਾਇਆ ਕਿ ਮੈਨੂੰ ਇਹ ਪਤਾ ਹੀ ਨਹੀਂ ਸੀ ਮੈਨਾਂ ਤਾਂ ਇਹਨੇ ਕੁੜੀ ਹੀ ਦੱਸ ਕੇ ਮੇਰੇ ਨਾਲ ਮੈਰਿਜ ਕੀਤੀ ਹੈ ਬੋਲੀ ਤਾਂ ਹੁਣ ਜੋ ਅੱਜ ਹੋਇਆ ਇਹਦੇ ਉੱਪਰ ਤੁਸੀਂ ਕੀ ਐਕਸ਼ਨ ਲੈਣ ਜਾ ਰਹੇ ਹੋ ਇਹਦੇ ਲਈ ਮੈਂ ਆਪਣਾ ਧੋਰੀ ਸਰਦਾ ਥਾਣੇ ਦੇ ਵਿੱਚ ਅਸੀਂ ਇਨਫੋਰਮ ਕੀਤਾ ਐ ਐਸਐਚਓ ਸਾਹਮਣੂ ਮੌਕੇ ਤੇ ਜਾ ਕੇ ਦੱਸਿਆ ਜੋ ਮੇਰੇ ਚੇਲਿਆਂ ਨੇ ਸੱਟਾ ਪੇਟਾ ਲੱਗੇ ਉਹਨਾਂ ਨੇ ਵੀ ਆਪਣਾ ਮੌਕੇ ਤੇ ਉੱਥੇ ਜਾ ਕੇ ਕਿੰਨੇ ਸੱਟਾ ਫਿੱਟਾ ਲੱਗੇ ਸੱਟੀਆਂ ਨੇ ਸੱਟਾ ਪੇਟਾ ਤੁਸੀਂ ਅੱਜ ਆ ਵੀਡੀਓਜ਼ ਦੇ ਵਿੱਚ ਦੇਖ ਹੀ ਰਹੇ ਹੋ ਕਿੰਨਾ ਧੱਕਾ ਮੋਕੀ ਉਹਨਾਂ ਨੇ ਕੀਤੀ ਹੈ ਦੇ ਉਹ ਐਸਐਚਓ ਸਾਹਿਬ ਨੂੰ ਸੀਐਮ ਕੰਪਲੀਟ ਕਰਕੇ ਆਏ ਆਂ ਔਰ ਮੈਂ ਸੀਐਮ ਸਾਹਿਬ ਨੂੰ ਇਹ ਕਹਿਣਾ ਚਾਹਨੀ ਆ ਕਿ ਜੋ ਇਹ ਕੰਪਲੀਟ ਕੀਤੀ ਹੈ ਪਲੀਜ਼ ਹੱਤਵੀਂ ਬਨ ਕੇ ਬੇਨਤੀ ਹੈ ਕਿ ਇਹਦੇ ਉੱਤੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਕਿਨਰ ਸਮਾਜ ਵੀ ਤੁਹਾਡਾ ਇਕੱਠਾ ਹੋਊਗਾ ਲੱਗਦਾ ਵੀ ਤੁਹਾਡੇ ਵੱਲੋਂ ਵੀ ਕੋਈ ਇਕੱਠੇ ਹੋ ਕੇ ਕੋਈ ਹੋਰ ਐਕਸ਼ਨ ਲਿਆ ਜਾ ਸਕਦਾ ਦੇਖੋ ਜੋ ਐਲਿਜੀਬਿਲਿਟੀ ਕਯੂ ਹੈ ਸਾਡਾ ਉਹਦੇ ਵਿੱਚ ਦੇਖੋ ਐ ਤਾਂ ਹੁਣ ਦੋ ਪਰਸਨ ਇਕੱਠੇ ਰਹਿੰਦੇ ਨੇ ਅੱਜ ਕੱਲ ਸਾਰਿਆਂ ਨੂੰ ਰਾਈਟ ਹੈਗੇ ਜੋ ਜੋ ਅੱਜ ਹੰਗਾਮਾ ਹੋਇਆ ਸੋਨਾ ਸੁਨੋ ਸੁਨੋ ਰਾਈਟ ਹੈਗੇ ਨੇ ਐ ਤਾਂ ਹਰੇਕ ਨੂੰ ਕੋਈ ਧੋਖਾ ਦੇ ਕੇ ਚਲਾ ਜਾਊਗਾ ਜੇਕਰ ਐਲਿਜੀਬਿਲਿਟੀ ਕਯੂ ਇਕੱਠਾ ਹੋਣਾ ਚਾਹੁੰਦੀ ਹੈ ਤਾਂ ਮੈਂ ਉਹਨਾਂ ਦੇ ਨਾਲ ਐਲਿਜੀਬਿਲਿਟੀ ਕਯੂ ਦੇ ਬਟਿਕੂਲਰ ਮੈਂ ਕਿਸਨੋ ਮੈਂ ਝੋਲੀ ਫੈਲਾਣੀ ਨਹੀਂ ਹੈ ਕਿ ਮੇਰੇ ਆ ਕੇ ਤੁਸੀਂ ਸਾਥ ਦੋ ਵਾ ਜਾਂ ਨਾ ਦੋ ਵਾ ਕਿਉਂਕਿ ਇਹ ਮੇਰੀ ਕੱਲੀ ਦੀ ਫਾਈਟ ਹੈ ਜਾਂ ਮੇਰੇ ਚੇਲਿਆਂ ਦੀ ਫਾਈਟ ਹੈ ਜਿਨ੍ਹਾਂ ਦੇ ਨਾਲ ਇਹ ਧੱਕਾ ਹੋਇਆ ਹੈ ਤਾਡੇ ਨਾਲ ਇਹਨੇ ਫਿਰ ਸਾਡੀ ਦੂਜੀ ਪਾਰਟੀ ਨਾਲ ਵੀ ਤਾਲਮੇਲ ਕਰਕੇ ਸਾਨੂੰ ਬਹੁਤ ਲਾਜ਼ ਪਹੁੰਚਾਏ ਨੇ ਮੇਰੇ ਤੇ ਹਮਲੇ ਵੀ ਪਹਿਲਾਂ ਕਰਵਾਏ ਨੇ ਮਿੱਟੂ ਲੱਡੇ ਨੇ ਤਾਂ ਹੁਣ ਨਾਰਾਜ਼ਗੀ ਤੁਹਾਡੇ ਸੁਖਪਾਲ ਖਹਿਰਾ ਸਿੰਘ ਦੇ ਨਾਲ ਵੀ ਹੈ ਨਹੀਂ ਸੁਖਪਾਲ ਖਹਿਰਾ ਸਿੰਘ ਨਾਲ ਮੇਰੀ ਪਹਿਲਾਂ ਕੋਈ ਨਾਰਾਜ਼ਗੀ ਨਹੀਂ ਸੀ ਲੇਕਿਨ ਅੱਜ ਜਦੋਂ ਇਹ ਇਨਸੀਡੈਂਟਸ ਹੋਇਆ ਉਸ ਤੋਂ ਬਾਅਦ ਹੁਣ ਮੇਰੀ ਜ਼ਰੂਰ ਇਹ ਨਾਰਾਜ਼ਗੀ ਹੈ ਕਿ ਉਹ ਅੱਛਾ ਲੀਡਰ ਹੋਣ ਦੇ ਨਾਲ-ਨਾਲ ਉਹਨਾਂ ਨੂੰ ਇਹ ਸੁਣਨਾ ਚਾਹੀਦਾ ਸੀ ਉੱਥੇ ਇਹਨੂੰ ਇਸ ਚੀਜ਼ ਦੇ ਬਾਰੇ ਜੋ ਇੱਥੇ ਤੱਕਾ ਮੁਕੀ ਹੋਈ ਹੈ ਉਹ ਉੱਥੇ ਪਿੱਛੇ ਤੱਕ ਮੇਰੇ ਚੇਲਿਆਂ ਦੇ ਨਾਲ ਉਹ ਭੱਜ ਕੇ ਗਏ ਨੇ ਤੇ ਉਹਨੂੰ ਰੋਕਣਾ ਚਾਹੀਦਾ ਸੀ